ਦੇ ਤੂੰ ਪਹਿਲੀ ਵਾਰ ਐਮਐਲਏ ਬਣਿਆ ਤੇਰੀ ਭੈਣ ਜੀ ਰੁੱਸ ਕੇ ਭੱਜ ਗਈ ਮੇਰੇ ਭਾਈ ਨੂੰ ਮੰਤਰੀ ਬਣਾਓ ਹਾਏ ਮੰਤਰੀ ਬਣਾਓ ਇਹ ਲੋਕਤੰਤਰ ਓਏ ਇਹ ਲੋਕਤੰਤਰ ਓਏ ਓ ਲੰਬੂ ਤੇ ਜਵਾਬ ਲਾ ਦੇ ਮਾਂ ਦਾ ਚੇਲਾ ਠੋਕੋ ਤਾਲੀ ਉਹਦੀ ਤਾਂ ਮੌਜ ਲੱਗੀ ਆ 17 ਸਾਲ ਉਹਨੇ ਠੋਕੋ ਤਾਲੀ ਤੀ ਖੜਦੇ ਪਹਿਲਾਂ ਸਾਡੇ ਨਾਲ ਠੋਕੋ ਤਾਲੀ ਕਰੀ ਗਿਆ ਹੁਣ ਜਾ ਕੇ ਪਰਲੇ ਪਾਸੇ ਠੋਕੋ ਤਾਲੀ ਤੇ ਹੋਇਆ ਕਹਿੰਦਾ ਜੀ ਮੇਰੀ ਸਰਕਾਰ ਆ ਲੈਣ ਦਿਓ ਬਿਜਲੀ 2 ਰੁਪਏ ਦੇ ਭਾਅ ਤੇ ਕਰ ਦੂ ਮਾਮਾ ਹੀਰ ਦਿਆ ਉਹਦੀ ਦੀ ਸਰਕਾਰ ਕਈ ਕਹਿੰਦੇ ਨੀਟੂ ਛੱਡਣਾ ਵਾਲੇ ਦੀ ਸਰਕਾਰ ਚੱਲ ਤੇ ਮੈਨੂੰ ਇਹ ਸਮਝਾ ਦਿਓ ਇਹ ਰਾਧੇ ਮਾਂ ਦਾ ਚੇਲਾ ਸੋਧੇ ਸਾਧ ਦਾ ਚੇਲਾ ਠੋਕੋ ਤਾਲੀ ਜਿਹੜਾ ਭੱਜ ਕੇ ਕਾਂਗਰਸ 'ਚ ਵੜਿਆ ਸੀ ਔਰ ਮੈਂ ਕਪਤਾਨ ਨੂੰ ਵਿਧਾਨ ਸਭਾ 'ਚ ਆਖਿਆ ਸੀ ਮੈਂ ਜਿਹੜਾ ਇਹ ਮਾਰ ਦਿਆ ਨਾ ਇਹ ਉਹੀ ਸੀ ਜਿਹੜਾ ਪਹਿਲਾਂ ਕਹਿੰਦਾ ਸੀ ਮਨਜੀਤ ਜੀ ਨੂੰ ਮੇਰੀ ਚੰਮ ਦੀਆਂ ਜੁੱਤੀਆਂ ਬਣਵਾ ਲਈ ਜਦੋਂ 2009 'ਚ ਮੈਨੂੰ MP ਬਣਾਇਆ ਸੀ ਉੱਥੇ ਤੁਸੀਂ ਤਾਂ ਕੁਰਸੀ ਗੋਦੀ ਚੱਕ ਕੇ ਫਿਰਦੇ ਸੀ ਸਿੱਧੂ ਦੇ ਮਗਰ ਤੇ ਤੁਸੀਂ ਮੇਰੇ ਘਰੇ ਆਏ ਸੀ ਸਿੱਧੂ ਸਾਹਿਬ ਹਮ ਆਪਕੇ ਲਈ ਕਿਆ ਕਰ ਸਕਤੇ ਹੈ ਪੱਚੀ ਲੱਖ ਨੌਕਰੀ ਦੇ ਦੂੰਗਾ ਤੁਹਾਨੂੰ ਮੈਨੂੰ ਤਾਂ ਜਵਾਬ ਦੇ ਦੇਣ ਤੂੰ ਕਾਂਗਰਸ 'ਚ ਗਿਆ ਸੀ 2.5 ਸਾਲ ਤੂੰ ਮੰਤਰੀ ਰਿਹਾ 4.5 ਸਾਲ ਤੇਰੀ ਸਰਕਾਰ ਚੱਲੀ ਹੈ ਕਿੱਥੇ ਹੈ ਕਰ ਕਰ ਨੌਕਰੀ ਕਿਹਾ ਮਦਨ ਲਾਲ ਜਲਾਲਪੁਰੇ ਠੇਕੇਦਾਰ ਦੇ ਘਰੇ ਤੇ ਪਹਿਲਾਂ ਤਾਂ ਉਹਨੂੰ ਰੇਤ ਮਾਫੀਆ ਸ਼ਰਾਬ ਮਾਫੀਆ ਤੇ ਕਈ ਕੁਛ ਉਹਦੇ ਆਪਦੇ ਕਾਂਗਰਸੀ ਕਹਿੰਦੇ ਸੀ ਤੇ ਜਦੋਂ ਸਿੱਧੂ ਜਾ ਬੜਿਆ ਲੇਕਿਨ ਤੇਰੇ ਵਾਂਗ ਸਿੱਧੂ ਨੇ ਇਮਾਨ ਨੀ ਵੇਚਿਆ ਚਿੱਟੀ ਟੁੱਟੀ ਗੰਦੀ ਹਰੀ ਕਵਾਲਸ ਤੋਂ ਰੇਂਜ ਰੋਵਰ ਨੀ ਖਰੋਤਿਆ ਹਰਾਮ ਦੇ ਪੈਸਿਆਂ ਨਾਲ ਸਿਆਸਤ ਦੇ ਵਿੱਚ ਆਪਸੀ ਖਿੱਚੋ ਤਾਣ ਆਮ ਜੀ ਗੱਲ ਹੈ ਤੇ ਤੁਸੀਂ ਕਈ ਵਾਰ ਅਜਿਹੇ ਬੋਲ ਵੀ ਸੁਣੇ ਹੋਣਗੇ ਕਿ ਇੱਕ ਦੂਜੇ ਦੇ ਉੱਤੇ ਸ਼ਬਦੀ ਵਾਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀ ਵਿਰੋਧੀ ਪਾਰਟੀਆਂ ਦੇ ਉੱਤੇ ਕੀਤੇ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਤਰ੍ਹਾਂ ਦੀ ਸ਼ਬਦੀ ਵਾਰ ਜਾਂ ਸ਼ਬਦੀ ਜੰਗ ਕਹਿ ਲਓ ਜਿਹੜੀ ਕਿ ਇਸ ਵੇਲੇ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਚੱਲ ਰਹੀ ਹੈ ਜੀ ਬਿਲਕੁਲ ਤੇ ਉਹ ਸ਼ਬਦੀ ਜੰਗ ਹੈ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੇ ਵਿਚਾਲੇ ਸ਼ਬਦੀ ਜੰਗ ਇਸ ਕਦਰ ਤੱਕ ਹਾਵੀ ਹੋ ਚੁੱਕੀ ਹੈ ਕਿ ਇੱਕ ਦੂਜੇ ਦੇ ਪਰਿਵਾਰਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੇ ਤਰੀਕੇ ਦੇ ਨਾਲ ਸ਼ਬਦੀ ਜੰਗ ਦੇ ਜ਼ਰੀਏ ਇੱਕ ਤੰਜ ਦਾ ਲਹਿਜਾ ਵੀ ਰੱਖਿਆ ਜਾਂਦਾ ਹੈ ਉਸੇ ਲਹਿਜੇ ਦੇ ਵਿੱਚ ਹੁਣ ਪਲਟਵਾਰ ਕਰ ਦਿੱਤਾ ਹੈ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਅਤੇ ਇੱਥੇ ਇਹਨਾਂ ਦੋਵਾਂ ਆਗੂਆਂ ਦੇ ਵੱਲੋਂ ਇੱਕ ਅਜਿਹੀ ਜਗ੍ਹਾ ਦੇ ਉੱਤੇ ਖੜ੍ਹ ਕੇ ਸ਼ਬਦੀ ਵਾਰ ਕਰ ਦਿੱਤੇ ਗਏ ਕਿ ਇਹਨਾਂ ਦੋਵਾਂ ਨੂੰ ਉਸ ਜਗ੍ਹਾ ਦੀ ਮਾਣ ਮਰਿਆਦਾ ਤੱਕ ਵੀ ਯਾਦ ਨਹੀਂ ਰਹੀ ਜਿਸ ਤੋਂ ਬਾਅਦ ਇਹਨਾਂ ਦੋਵਾਂ ਦੀ ਸ਼ਬਦੀ ਜੰਗ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਦੋਂ ਕਿ ਸਿਆਸੀ ਮੁੱਦੇ ਕੁਝ ਵੱਖਰੇ ਹੋਣੇ ਚਾਹੀਦੇ ਨੇ ਪੰਜਾਬ ਦੀ ਭਲਾਈ ਦੀ ਗੱਲ ਦੇ ਹੋਣੇ ਚਾਹੀਦੇ ਨੇ ਪਰ ਇਹਨਾਂ ਦੋਵਾਂ ਸਿਆਸੀ ਆਗੂਆਂ ਦੀ ਸ਼ਬਦੀ ਜੰਗ ਦੇ ਵਿੱਚ ਕਿਤੇ ਵੀ ਪੰਜਾਬ ਦੀ ਭਲਾਈ ਨਜ਼ਰ ਨਹੀਂ ਆਉਂਦੀ ਭਾਰ ਦੇ ਐਮਐਲਏ ਤੇ ਤੂੰ ਪਹਿਲੀ ਵਾਰ ਐਮਐਲਏ ਬਣਿਆ ਤੇਰੀ ਭੈਣ ਜੀ ਰੁੱਸ ਕੇ ਭੱਜ ਗਈ ਮੇਰੇ ਭਾਈ ਨੂੰ ਮੰਤਰੀ ਬਣਾਓ ਹਾਏ ਮੰਤਰੀ ਬਣਾਓ ਇਹ ਲੋਕਤੰਤਰ ਓਏ ਇਹ ਲੋਕਤੰਤਰ ਓਏ ਓ ਲੰਬੂ ਦੇ ਜਵਾਬ ਸਰਕਾਰ ਦੇ ਸਕੂਲ ਨਾ ਬਣਾਏ ਤੇ ਨਾ ਬਦਲਦੀ ਜਾ ਕਹਿੰਦਾ ਮੈਂ ਤੈਨੂੰ ਅੱਜ ਪਬਲਿਕ ਸਕੂਲ ਬਣਾਵਾਂਗਾ ਬਣ ਕੇ ਕਣਕ ਦੇ ਖੇਤ 'ਚ ਟੰਗਾਂਗੇ ਐਂ ਐਂ ਲੇਕਿਨ ਤੇਰੇ ਵਾਂਗ ਸਿੱਧੂ ਨੇ ਇਮਾਨ ਨਹੀਂ ਵੇਚਿਆ ਚਿੱਟੀ ਟੁੱਟੀ ਗੰਦੀ ਹਰੀ ਕਵਾਲਸ ਤੋਂ ਰੇਂਜ ਰੋਵਰ ਨਹੀਂ ਖਰੋਦਿਆ ਹਰਾਮ ਦੇ ਪੈਸਿਆਂ ਨਾਲ ਪਾਰਕਿੰਗ ਪਲੇਸਾਂ ਨਹੀਂ ਖਰੀਦੀਆਂ ਹੈਂ ਸਮਝੋ ਕੀ ਕੀਤਾ ਤੂੰ ਤੂੰ ਕੀ ਕੀਤਾ ਗੱਲ ਓਏ ਮਾਈਕ ਬੰਦ ਕਰ ਦੇ ਤੁਸੀਂ ਗੱਲ ਕਰਦੇ ਹੋ ਮਾਈਨਿੰਗ ਦੀ ਗੱਲ ਕਰਦੇ ਹੋ ਸ਼ਰਾਬ ਦੀ ਤੁਰਦੇ ਕਿਹੜੀ ਰਾਹ ਹੋ ਤੇ ਗੱਲ ਕਿਹੜੀ ਕਰਦੇ ਹੋ ਹਾਂਜੀ 40 ਕਰੋੜ ਰੁਪਈਆ ਜਮ੍ਹਾਂ ਕਰਾਇਆ ਹੋਏ ਤੂੰ ਲੰਬੂ ਇੱਕ ਸਾਲ 'ਚ ਤੇ ਤੇਲੰਗਾਨਾ ਇੱਕ ਹਫ਼ਤੇ 'ਚ 47 ਕਰੋੜ ਰੁਪਈਆ ਕਮਾਉਂਦਾ 300 ਕਿਲੋਮੀਟਰ ਦਰਿਆ ਤੋਂ ਤੇ ਲੰਬੂ ਨੇ ਪੰਜਾਬ ਦਾ ਰੇਤਾ ਖਾ ਖਾ ਕੇ ਸੜਾਕ ਸੜਾਕ ਕੇ 10 ਸਾਲ ਹਰੇਕ ਸਾਲ 4 ਦਰਿਆਵਾਂ ਤੋਂ 1100 ਕਿਲੋਮੀਟਰ ਤੋਂ 40 ਕਰੋੜ ਇਹ ਜਮ੍ਹਾਂ ਕਰਾਇਆ ਡਾਕੂ ਚੋਰ ਬਨਾਰਸੀ ਠੱਗ ਇਹ ਹੋ ਤੁਸੀਂ
ਤੁਹਾਡੀਆਂ ਬੱਸਾਂ ਤੇ 1.5 ਰੁਪਈਆ ਟੈਕਸ ਘੱਟ ਏਸੀ ਵਾਲੀਆਂ ਤੇ ਕਿਉਂ ਤੇ ਪੀਆਰਟੀਸੀ ਦੇ ਉੱਤੇ ਖੜਕਦੀਆਂ ਬੱਸਾਂ ਤੇ 1.5 ਰੁਪਈਆ ਟੈਕਸ ਜ਼ਿਆਦੇ ਕਿਉਂ ਤੁਹਾਡੇ ਪਿਓ ਦਾ ਰਾਜ ਸੀ ਹੁਣ ਨਹੀਂ ਹੈ ਜਦਣ ਕਿਤੇ ਲੋਕਾਂ ਦਾ ਰਾਜ ਆਇਆ ਕਾਂਗਰਸ ਦੇ ਵਰਕਰਾਂ ਦਾ ਲਾਜ ਆਇਆ ਦੇਖੀ ਜੇ ਕਾਲਾ ਧੂਆਂ ਨਾ ਮਾਰਨ ਤੇਰੀਆਂ ਬੱਸਾਂ ਤੇ ਮੇਰਾ ਨਾਮ ਪਾ ਦੀ ਚੱਲ ਦੇਖ ਸਿਹਤ ਕਿੱਥੋਂ ਲਾਉਂਗੇ ਸਿਹਤ ਲਾਉਂਗੇ ਉਸ ਕਾਂਗਰਸ ਦੀ ਵਿਚਾਰਧਾਰਾ ਤੋਂ ਜਿਹਨੇ ਦੇਸ਼ ਆਜ਼ਾਦ ਕਰਾਇਆ ਜਿਹੜੇ ਸੁਤੰਤਰਤਾ ਸੈਨਾਨੀ ਸੀ ਜਿਨ੍ਹਾਂ ਨੇ ਕਦੇ ਪ੍ਰਧਾਨ ਮੰਤਰੀ ਬਣ ਕੇ ਇੱਕ ਗੱਡੀ ਲਈ ਪੂਰੀ ਉਮਰ ਗੱਡੀ ਦਾ ਲੋਨ ਨਹੀਂ ਉਤਰਿਆ ਉਹਨਾਂ ਦੀ ਸੋਚ ਤੇ ਤੁਰਨਾ ਉਹਨਾਂ ਦੀ ਵਿਚਾਰਧਾਰਾ ਤੇ ਤੁਰਨਾ ਤੇ ਜਿਹੜੀ ਮੈਰਿਟ ਹੋਊਗੀ ਉਹਨੂੰ ਆਨਰ ਕਰਨਾ ਹਤਾਸ਼ ਨਹੀਂ ਹੋਏਗਾ ਯੁਵਾ ਮੈਂ ਕਹਿੰਦਾ ਕਿ ਜੇ ਤਾਕਤ ਮਿਲੀ ਪੰਜਾਬ ਦੇ ਲੋਕਾਂ ਦੀ ਮਾਫੀਆ ਸ਼ਬਦ ਮੈਂ ਪੰਜਾਬ ਦੇ ਨਕਸ਼ੇ ਤੋਂ ਮਿਟਾ ਦੂੰਗਾ ਨਕਸ਼ੇ ਤੋਂ ਡੇਢ ਲੱਖ ਕਰੋੜ ਰੁਪਇਆ ਕਰਜ਼ਾ ਚੜਾ ਗਏ 25 ਲੱਖ ਨੌਕਰੀ ਦੇ ਦੂੰਗਾ ਤੁਹਾਨੂੰ ਕੈਲੀਫੋਰਨੀਆ ਬਣਾ ਦੂ ਤੁਹਾਡਾ ਪਾਣੀ ਵਾਲੀ ਬੱਸ ਹੈ ਪਾਣੀ ਚ ਵੜੂ ਮੱਛੀਆਂ ਫੜਦੇ ਆਇਓ ਫਿਰ ਨਾਲ ਹੀ ਏਦਾਂ ਸੜਕ ਤੇ ਚੜ ਜਾਓ ਤੇ ਸੀਨਰੀ ਦੇਖਦੇ ਆਇਓ ਬੱਲੇ ਉਹ ਤੇਰੀ ਗੱਪਾਂ ਲੋਕੀ ਭੁੱਲੇ ਆ ਲੋਕੀ ਭੁੱਲੇ ਆ ਕਿਤੇ ਹੈ ਯਾਦ ਰੱਖਿਓ ਤੇ ਤੁਸੀਂ ਕਹਿੰਦੇ ਸੀ ਸਿੱਧੂ ਸਾਹਿਬ ਦੀ ਕੁਰਸੀ ਦੀ ਰਾਜਨੀਤੀ ਤੁਸੀਂ ਤਾਂ ਕੁਰਸੀ ਗੋਦੀ ਚੱਕ ਕੇ ਫਿਰਦੇ ਸੀ ਸਿੱਧੂ ਦੇ ਮਗਰ ਤੇ ਤੁਸੀਂ ਮੇਰੇ ਘਰੇ ਆਏ ਸੀ ਸਿੱਧੂ ਸਾਹਿਬ ਹਮ ਆਪਕੇ ਲਈ ਕਿਆ ਕਰ ਸਕਤੇ ਹੈ ਤੇ ਸਿੱਧੂ ਨੇ ਕੀ ਕਿਹਾ ਸੀ ਤੁਹਾਡੇ ਪੱਲੇ ਕੀ ਹੈ ਤੁਸੀਂ ਮੇਰੇ ਲਈ ਕੀ ਕਰੋਗੇ ਓਏ ਮੈਂ ਤਾਂ ਰਾਜ ਸਭਾ ਛੱਡ ਕੇ ਆਇਆ ਤੁਹਾਡੇ ਕੋਲ ਹੈ ਦੇਣ ਨੂੰ ਰਾਧੇ ਮਾਂ ਦਾ ਚੇਲਾ ਠੋਕੋ ਤਾਲੀ ਉਹਦੀ ਤਾਂ ਮੌਜ ਲੱਗੀ ਹੈ 17 ਸਾਲ ਉਹਨੇ ਠੋਕੋ ਤਾਲੀ ਧੀ ਕੱਢਤੇ ਪਹਿਲਾਂ ਸਾਡੇ ਨਾਲ ਠੋਕੋ ਤਾਲੀ ਕਰੀ ਗਿਆ ਹੁਣ ਜਾ ਕੇ ਪਰਲੇ ਪਾਸੇ ਠੋਕੋ ਤਾਲੀ ਤੇ ਹੋਇਆ ਔਰ ਉਹਦੀਆਂ ਗੱਲਾਂ ਕਮਾਲ ਦੀਆਂ ਗੱਲਾਂ ਨੇ ਸਮਝਣ ਵਾਲਾ ਵੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਕਹਾਣੀ ਪਰਸੋਂ ਚੌਥੇ ਦਾ ਬਿਆਨ ਦੇ ਦਿੱਤਾ ਕਹਿੰਦਾ ਜੀ ਮੇਰੀ ਸਰਕਾਰ ਆ ਲੈਣ ਦਿਓ ਬਿਜਲੀ 2 ਰੁਪਏ ਦੇ ਭਾਅ ਤੇ ਕਰ ਦੂੰ ਮਾਮਾ ਹੀਰ ਦਿਆ ਹੁਣ ਕਿਹਦੀ ਸਰਕਾਰ ਆ ਵਟਸਐਪ ਖੋਲ ਲਓ ਕਈ ਕਹਿੰਦੇ ਨੀਟਰੂ ਛੱਟਰਾਂ ਵਾਲੇ ਦੀ ਸਰਕਾਰ ਚੱਲਦੀ ਹੈ ਕਿਹਦੀ ਬਗਾਨੀ ਦੀ ਚੱਲਦੀ ਹੈ ਉਹੀ ਸੋਨੀਆ ਗਾਂਧੀ ਦੀ ਪਾਰਟੀ ਦੀ ਸਰਕਾਰ ਚੱਲਦੀ ਹੈ ਜਿਹਨੂੰ ਤੂੰ ਕਹਿੰਦਾ ਸੀ ਕਿ ਇਹ ਮੁੰਨੀ ਨਾਲੋਂ ਵੱਧ ਬਦਨਾਮ ਹੈ ਸ਼ੀਲਾ ਨਾਲੋਂ ਵੱਧ ਨਿਲਾਮ ਹੈ ਹੁਣ ਤੇਰੇ ਚਰਨ ਪੈ ਗਏ ਤੇ ਕਾਂਗਰਸ ਪਵਿੱਤਰ ਹੋ ਗਈ ਹੁਣ ਯਾਤਰਾ ਕਿਵੇਂ ਸ਼ੁਰੂ ਕੀਤੀ ਪਹਿਲਾਂ ਗਿਆ ਮਦਨ ਲਾਲ ਜਲਾਲਪੁਰੇ ਠੇਕੇਦਾਰ ਦੇ ਘਰੇ ਤੇ ਪਹਿਲਾਂ ਤਾਂ ਉਹਨੂੰ ਰੇਤ ਮਾਫੀਆ ਸ਼ਰਾਬ ਮਾਫੀਆ ਤੇ ਕਈ ਕੁਛ ਉਹਦੇ ਆਪਦੇ ਕਾਂਗਰਸੀ ਕਹਿੰਦੇ ਸੀ ਤੇ ਜਦੋਂ ਸਿੱਧੂ ਜਾ ਵੜਿਆ ਤੇ ਹੁਣ ਭਾਈ ਉਹ ਪਵਿੱਤਰ ਹੋ ਗਿਆ ਹੁਣ ਮਾੜਾ ਬੰਦਾ ਨਹੀਂ ਰਿਹਾ ਕਿਉਂਕਿ ਠੋਕੋ ਤਾਲੀ ਦੇ ਚਰਨ ਪੈ ਗਏ ਹੁਣ ਉਹ ਬੰਦਾ ਵਧੀਆ ਹੋ ਗਿਆ ਤੇ ਦੂਜਾ ਪੜਾਅ ਕਿੱਥੇ ਸੀ ਇਨਸਾਫ਼ ਦੀ ਲੜਾਈ ਚ ਆ ਇੱਥੇ ਆਇਆ ਸੀਗਾ ਆ ਤੁਹਾਡੇ ਹਲਕੇ ਵਾਲੇ ਦੋਵੇਂ ਰਾਹੂ ਕੇਤੂ ਉਹਨੂੰ ਉਡੀਕਦੇ ਸੀ ਤੇ ਐ ਕਿੱਧਰ ਕੱਚ ਚ ਲਿਆ ਤੇ ਕਿੱਧਰਲੇ ਕੱਚ ਚ ਲਿਆ ਪਤਾ ਨਾ ਰਾਹੂ ਕੇਤੂ ਕਿਹੜੇ ਨੇ ਇੱਕ ਤਾਂ ਉਹ ਪੁਰਾਣੇ ਕਾਂਡ ਵਾਲਾ ਉਹ ਜਿਹੜਾ ਬੀਬੀ ਸੀ ਜਿਹੜਾ ਉਹ ਸੀਗੀ ਅੱਕਾ ਕਿਆ ਕਾਂਡ ਵਾਲਾ ਕੀ ਨਾਂ ਉਹਦਾ ਗੁਰਕੀਰਤ ਕੋਟਲੀ ਤੇ ਦੂਜਾ ਆ ਜਿੱਥੋਂ ਤੁਸੀਂ ਲੜਨਾ ਚਾਹੁੰਦੇ ਹੋ ਸ਼ਾਹ ਜਸਪ੍ਰੀਤ ਸਿੰਘ ਜੀ ਆ ਲੱਖਾ ਨੌ ਦਾ ਹੀ ਲੱਖਾ ਹੁਣ ਨੌ ਹੀ ਰੱਖ ਦੋ ਕਰੋੜਾਂ ਪਤੀ ਹੁਣ ਲੱਖਾ ਨਹੀਂ ਰਿਹਾ ਹੁਣ ਮਿਲੀ ਤੇ ਮੈਨੂੰ ਇਹ ਸਮਝਾ ਦਿਓ ਇਹ ਰਾਧੇ ਮਾਂ ਦਾ ਚੇਲਾ ਸੌਦੇ ਸਾਧ ਦਾ ਚੇਲਾ ਠੋਕੋ ਤਾਲੀ ਜਿਹੜਾ ਭੱਜ ਕੇ ਕਾਂਗਰਸ ਚ ਵੜਿਆ ਸੀ ਔਰ ਮੈਂ ਕਪਤਾਨ ਨੂੰ ਵਿਧਾਨ ਸਭਾ ਚ ਆਖਿਆ ਸੀ ਮੈਂ ਜਿਹੜਾ ਇਹ ਵਾੜ ਲਿਆ ਨਾ ਇਹ ਉਹੀ ਸੀ ਜਿਹੜਾ ਪਹਿਲਾਂ ਕਹਿੰਦਾ ਸੀ ਮਜੀਠੀਏ ਨੂੰ ਮੇਰੀ ਚੰਮ ਦੀਆਂ ਜੁੱਤੀਆਂ ਬਣਵਾ ਲਈ ਜਦੋਂ 2009 ਚ ਮੈਨੂੰ MP ਬਣਾਇਆ ਸੀ ਉੱਥੇ ਮੈਂ ਕਿਹਾ ਜੇ ਸਾਡਾ ਨਹੀਂ ਰਿਹਾ ਔਰ ਮੈਂ ਕਿਹਾ ਇਹਦੇ ਚ ਬੜੀ ਕਲਾ ਕਹਿੰਦਾ ਇਹਨੇ ਵਾਜਪਾਈ ਸਾਹਿਬ ਨੂੰ ਪਿਓ ਬਣਾਇਆ ਫਿਰ ਵੇਖਿਆ ਵਾਜਪਾਈ ਸਾਹਿਬ ਦਾ ਤਾਰਾ ਮੱਧਮ ਪੈ ਰਿਹਾ ਨਾਲ ਹੀ ਅਡਵਾਨੀ ਨੂੰ ਪਿਓ ਬਣਾ ਲਿਆ ਫਿਰ ਵੇਖਿਆ ਅਡਵਾਨੀ ਸਾਹਿਬ ਦਾ ਕੰਮ ਢਿੱਲਾ ਪੈ ਰਿਹਾ ਨਾਲ ਹੀ ਬਾਪੂ ਬਾਦਲ ਨੂੰ ਪਿਓ ਬਣਾ ਲਿਆ ਜਦੋਂ ਵੇਖਿਆ ਕਿ ਬਾਪੂ ਬਾਦਲ ਦਾ ਕੰਮ
ਸ਼ਾਇਦ ਕੰਮ ਘਟ ਜੇ ਤੇ ਵਿਚਕਾਰ ਜੇਟਲੀ ਵੀ ਪਿਓ ਦੇ ਨਾਂ ਤੇ ਉਡਾ ਲਿਆ ਸੀ ਇੱਕ ਵਾਰੀ ਮੁੜ ਕੇ ਜੇਟਲੀ ਦਾ ਉਲਟ ਹੋ ਗਿਆ ਮੈਂ ਕਿਹਾ ਫਿਰ ਕਪਤਾਨ ਸਾਹਿਬ ਤੇਰੇ ਬਾਰੇ ਦੱਸਾਂ ਕੀ ਕਹਿੰਦਾ ਹੁੰਦਾ ਸੀ ਮੈਂ ਗੱਲ ਵੱਖਰੀ ਹੈ ਕਿ ਰਾਹੁਲ ਗਾਂਧੀ ਨੂੰ ਪੱਪੂ ਬੁਲਾਉਂਦਾ ਸੀ ਹੁਣ ਭਾਵੇਂ ਪਾਪਾ ਬੁਲਾਉਂਦਾ ਮੈਂ ਕਿਹਾ ਸੋਨੀਆ ਨੂੰ ਮੁੰਨੀ ਬੁਲਾਉਂਦਾ ਸੀ ਹੁਣ ਭਾਵੇਂ ਮੰਮੀ ਬੁਲਾਉਂਦਾ ਡਾਕਟਰ ਮਨਮੋਹਨ ਸਿੰਘ ਭਾਵੇਂ ਸਾਡਾ ਵਿਰੋਧੀ ਹੈ ਮਗਰ ਪੱਗ ਹੋਣ ਦੇ ਨਾਤੇ ਉਸ ਪੰਜਾਬ ਦਾ ਸਪੂਤ ਹੋਣ ਦੇ ਨਾਤੇ ਉਹਦੀ ਬਾਲ ਸਾਹਿਬ ਤੇ ਅਸੀਂ ਸਾਰੇ ਇੱਜ਼ਤ ਕਰਦੇ ਸਾਂ ਅਸੀਂ ਕਦੇ ਉਹਨੂੰ ਮਾਨ ਮੋਹਨ ਸਿੰਘ ਨਹੀਂ ਕਿਹਾ ਔਰ ਕਿਸੇ ਸਰਦਾਰ ਨੂੰ ਇਹ ਗੱਲ ਕਹਿ ਦੇਣੀ ਜਿਹਦੇ ਸਿਰ ਤੇ ਪੱਗ ਹੋਵੇ ਕਿ ਤੂੰ ਨਾ ਸਰਦਾਰ ਹੈ ਨਾ ਤੂੰ ਅਸਰਦਾਰ ਹੈ ਮੇਰੇ ਵੀਰੋ ਮਨਮੋਹਨ ਸਿੰਘ ਜੀ ਵਰਗੇ ਲੋਕਾਂ ਨੂੰ ਸਤਿਕਾਰਯੋਗ ਸ਼ਖਸੀਅਤਾਂ ਨੂੰ ਆ ਰਾਧੇ ਮਹਾ ਦੇ ਚੇਲੇ ਨੇ ਠੋਕੋ ਤਾੜੀ ਨੇ ਉਹਨਾਂ ਨੂੰ ਅਪਮਾਨਿਤ ਕੀਤਾ ਸੀ ਮੈਂ ਕਿਹਾ ਅੱਜ ਆ ਕੇ ਮੈਂ ਇੱਕ ਦਿਨ ਵੇਖ ਰਿਹਾ ਸਾਂ ਮੁੰਨੀ ਦੇ ਚਰਨਾਂ 'ਚ ਚਲੋ ਮੈਂ ਤਾਂ ਕਹਿੰਦਾ ਮਾੜਾ ਲੱਗਦਾ ਮੈਂ ਤਾਂ ਕਾਂਗਰਸ ਨੂੰ ਹੀ ਮੁੰਨੀ ਕਹੂੰ ਮੈਨੂੰ ਤਾਂ ਇੰਨਾ ਦੱਸ ਦੇਵੇ ਠੋਕੋ ਤਾੜੀ ਕਿ ਹੁਣ ਮੁੰਨੀ ਪਵਿੱਤਰ ਹੋ ਗਈ ਕਿਉਂਕਿ ਤੇਰੇ ਤੂੰ ਪ੍ਰਧਾਨ ਬਣ ਗਿਆ ਮੇਰੇ ਵੀਰੋ ਇਹ ਵਿੱਚ ਇਹਨਾਂ ਨੇ ਯਾਦ ਹੋਣਾ ਤੁਹਾਨੂੰ ਉਹ ਬਲਤਕਾਰੀ ਭਰਾ ਆ ਬੈਂਸ ਬ੍ਰਦਰ ਉਹਨਾਂ ਨੂੰ ਵੀ ਇੱਕ ਵਾਰੀ ਨਾਲ ਜੋੜਿਆ ਕਹਿੰਦੇ ਆਵਾਜ਼ੇ ਪੰਜਾਬ ਵਿੱਚ ਉਹਨੂੰ ਵੀ ਬਣਾ ਲਿਆ ਸੀ ਫਿਰ ਕੇਜਰੀਵਾਲ ਨੂੰ ਵੀ ਕਹਿੰਦਾ ਸੀ ਜੇ ਮੁੱਖ ਮੰਤਰੀ ਦੀ ਕੁਰਸੀ ਦੇ ਤੇ ਮੈਂ ਤੈਨੂੰ ਵੀ ਪਾਪਾ ਬਣਾ ਸਕਦਾ ਗੱਲ ਬਣੀ ਨਹੀਂ ਵਿਸ਼ਵਾਸ ਬਣਿਆ ਨਹੀਂ ਟੁੱਟ ਗਈ ਧੜੱਕ ਕਰਕੇ ਹੁਣ ਕਪਤਾਨ ਨੂੰ ਕੀ ਨਾ ਮੈਂ ਇਹ ਮੇਰਾ ਕਪਤਾਨ ਤੇ ਨਾ ਮੈਂ ਇਹਦਾ ਪੁੱਤਰ ਭਰਾਵੋ ਇਹਦਾ ਕੋਈ ਪਤਾ ਨਹੀਂ ਇਹ ਤਾਂ ਰਾਹ ਜਾਂਦੇ ਨੂੰ ਗੱਡੀ ਬਦਲ ਲੈਂਦਾ ਇਹਦਾ ਕੋਈ ਪਤਾ ਨਹੀਂ ਸਵੇਰੇ ਪਤਾ ਲੱਗੇ ਇਹਨੇ ਕੀ ਕਰ ਦੇਣਾ ਚਲੋ ਮੈਂ ਉਹਦੀ ਗੱਲ ਇਸ ਲਈ ਕਰਦਾ ਥੋੜੀ ਜੀ ਕਿਉਂਕਿ ਝੂਠ ਤੇ ਵੀ ਹੱਦ ਹੁੰਦੀ ਹੈ ਮੈਨੂੰ ਤਾਂ ਜਵਾਬ ਦੇ ਦੇਣ ਤੂੰ ਕਾਂਗਰਸ 'ਚ ਗਿਆ ਸੀ 2.5 ਸਾਲ ਤੂੰ ਮੰਤਰੀ ਰਿਹਾ ਸਾਢੇ 4 ਸਾਲ ਤੇਰੀ ਸਰਕਾਰ ਚੱਲੀ ਹੈ ਕਿੱਥੇ ਹੈ ਘਰ ਘਰ ਨੌਕਰੀ 70 ਲੱਖ ਜੀਆਂ ਨੂੰ ਤੁਸੀਂ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਦਿੱਤੀ ਜਾਣੀ ਨਹੀਂ ਸੀ ਮਗਰ ਝੂਠ ਬੋਲਤਾ ਕਰਜ਼ਾ ਮਾਫੀ ਕਿੱਥੇ ਹੈ ਜਿਹੜੇ ਕਿਸਾਨ ਖੁਦਕੁਸ਼ੀ ਕਰਕੇ ਉਹਨਾਂ ਨੂੰ ਤੁਸੀਂ ਕਿਹਾ ਸੀ 10 ਲੱਖ ਮਦਦ ਦੇਵਾਂਗੇ ਇਕੱਲੇ ਇਕੱਲੇ ਨੂੰ ਨੌਕਰੀ ਦੇਵਾਂਗੇ ਅੱਜ ਉਹਨਾਂ 1800 ਪਰਿਵਾਰਾਂ ਦੀ ਨੌਕਰੀ ਕਿੱਥੇ ਹੈ ਮੇਰੇ ਵੀਰੋ ਇਹ ਜੀ ਸੋਚ ਵਾਲਿਆਂ ਤੋਂ ਬਚਣਾ ਪੈਣਾ ਹੈ ਔਰ ਇਹ ਕੱਲ੍ਹ ਦਾ ਦਿਨ ਹੈ 4 ਇਹਨੇ ਐਡਵਾਈਜ਼ਰ ਲਾਏ 2 ਤਾਂ ਸਿਆਣੇ ਸੀ ਭੱਜ ਗਏ ਇੱਕ ਮੁਸਤਫਾ ਕਹਿੰਦਾ ਮੈਂ ਨਾ ਮੈਂ ਨਹੀਂ ਇਹਨੂੰ ਸਲਾਹ ਦੇ ਸਕਦਾ ਇਹਨੂੰ ਕੌਣ ਸਲਾਹ ਦੇਵੇ